ਹਾਂ ਬਾਈ ਤੇਜ਼ੀ ਦਾ ਕਾਰਨ ਹੋਇਆ ਕਿ ਲੇਟਾ ਪੈਣ ਕਰਕੇ ਟਰਾਲਾ ਜਿਹੜਾ ਜਲੰਧਰੋਂ ਆ ਰਿਹਾ ਸੀਗਾ ਬਜਰੀ ਦਾ ਲੱਦਿਆ ਸੀ ਪੂਰਾ ਪ੍ਰੈਸ਼ਰ ਦਾ ਅਤੇ ਕਾਰ ਜਿਹੜੀ ਲੁਧਿਆਣੇ ਤੋਂ ਫਿਰੋਜ਼ਪੁਰ ਜਾ ਰਹੀ ਸੀ ਗੋਬੀਪੁਰ ਤੋਂ ਅੱਗੇ ਥੋੜ੍ਹਾ ਜਿਹਾ ਕੋਟਪੁਰਾ ਬਾਈਪਾਸ ਨੇ ਵੀਹ ਕਰਮ ਅੱਗੇ ਜਾ ਕੇ ਅਤੇ ਕਾਰ ਦੀ ਕਨੈਕਟਰ ਸਾਈਡ ਵੱਜੀ ਸਰ ਆਮ ਲੋਕਾਂ ਦਾ ਕਹਿਣਾ ਵੀ ਪੁਲਿਸ ਨੇ ਐਂਟਰੀ ਮੰਗਣ ਕਾਰਨ ਟਰਾਲਾ ਰੋਕਿਆ ਸੀ ਰੋਡ ਦੇ ਉੱਤੇ ਹੀ ਨਹੀਂ ਸਰ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਐਂਟਰੀ ਮੰਗਣੀ ਨਹੀਂ ਪੁਲਿਸ ਕੋਲ ਜੋ ਇਹ ਬੰਦੇ ਚਾਹੁੰਦੇ ਵਾਰਸ ਚਾਹੁੰਦੇ ਉਹ ਕਾਰਵਾਈ ਕੀਤੀ ਜਾਂਦੀ ਦੋ ਲੋਕਾਂ ਨੇ